ਹਾਂਜੀ ਮੋਸ਼ਨ ਕਿਸਾਨਾ ਕਬੱਡੀ ਕਲੱਬ ਇਸ ਵੇਲੇ 138 ਵੀਡੀਓ ਇਸ ਵੇਲੇ ਬਹੁਤ ਹੀ ਸੋਹਣਾ ਸੈੱਟ ਇਸ ਵੇਲੇ ਬਹੁਤ ਹੀ ਇਸ ਵੇਲੇ ਬੱਬਰ ਸ਼ੇਰ ਜਿਹੜੇ ਆਪਣੇ ਜਿਸਮ ਨੂੰ ਲਿਸ਼ਕਾਉਂਦੇ ਹੋਏ ਟੌਲਿਆਂ ਨੂੰ ਫੜਕਾਉਂਦੇ ਹੋਏ ਔਰ ਮੇਰੇ ਵੀਰੇ ਜਿਨ੍ਹਾਂ ਦੇ ਪੱਟ ਲਿਸ਼ਕਾ ਮਾਰਦੇ ਆ ਔਰ ਮੈਦਾਨ ਦੇ ਵਿੱਚ ਇਸ ਵੇਲੇ ਧਰਤੀ ਮਾਂ ਨੂੰ ਮੱਥਾ ਟੇਕ ਰਹੇ ਆ ਇਨਸ਼ਾਅੱਲਾ ਬਹੁਤ ਜਲਦ ਜੋ ਮੈਚ ਦੀ ਸ਼ੁਰੂਆਤ ਹੋਣ ਵਾਸਤੇ ਜਾ ਰਹੀ ਆ ਲਾਲਾ ਸਿੰਘ ਇਸ ਵੇਲੇ 42 ਚੱਕ ਲਾਲਾ ਕਬੱਡੀ ਕਲੱਬ ਦੀ ਟੀਮ ਜੋ ਉਹਦੇ ਅੱਗੇ ਵੀ ਰਿਕੁਐਸਟ ਆ ਬੇਨਤੀ ਆ ਕਿ ਉਹ ਵੀ ਗਰਾਊਂਡ ਦੇ ਵਿੱਚ ਆ ਜਾਵੇ ਕਿ 70 ਫੁੱਟ ਦਾ ਘੇਰਾ ਲਾਏਗਾ ਜੱਫਾ ਜਾਂ ਫਿਰ ਰੇਡਰ ਭੱਜੂਗਾ ਲੋਪੋ ਕੀ ਦਾ ਭਾਈ ਦੇ ਯਾਰੋ ਨਵੀਆਂ ਨਵੀਆਂ ਗੱਲਾਂ ਕਾਦੇ ਵਿੱਚ ਵੜਦਾ ਏ ਉਹੀ ਮੈਦਾਨਾਂ ਦੇ ਵਿੱਚ ਵੜਦਾ ਏ ਲਓ ਆ ਗਿਆ ਜੇ ਲਾਲਾ ਤਬੀਲ ਕਬੂ ਇਸ ਵੇਲੇ ਮੇਰੇ ਵੀਰੇ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਵਿੱਚ ਨਿਕਲ ਆਇਆ ਜੱਟ ਇਸ ਵੇਲੇ ਜਨਾਬ ਫਿਜ਼ਾਨ ਕਬੂ ਅਹਿਮਦ ਜੱਟ ਔਰ ਮਾਸਟਰ ਅਸਲਮ ਦਾ ਜਨਾਬ ਆਬਦ ਜਿਹਨੂੰ ਸ਼ੇਰੇ ਪੰਜਾਬ ਵੀ ਕਹਿੰਦੇ ਆ ਤੇ ਸ਼ੌਕਤ ਸਾਬਾ ਵਾਲੇ ਦਾ ਭਰਾ ਵੀ ਕਹਿੰਦੇ ਆ ਹਾਂਜੀ ਇਹ ਵੀ ਮੈਦਾਨ ਦੇ ਵਿੱਚ ਟੀਮ ਦੇ ਨਾਲ ਸਦਕੇ ਜਾਵਾਂ ਬਹੁਤ ਸੋਹਣਾ ਸੈੱਟ ਜਿਹੜਾ ਹੈ ਮੁਦੱਸਰ ਕਬੂ ਇਹ ਵੀ ਟੀਮ ਦਾ ਇਸ ਵੇਲੇ ਹਰਸ਼ਗਾਰ ਸਾਧੂ ਕਬੂ ਕਮਰ ਕਬੂ ਔਰ ਲਾਲਾ ਰਫਾਨ ਜੱਟ ਆ ਗਿਆ ਇਮਰਾਨ ਜੱਟ ਜੀ ਸ਼ਾਨ ਜੱਟ ਦਾ ਵੀਰਾ ਇਸ ਵੇਲੇ ਜਨਾਬ ਉਹ ਵੀ ਮੈਦਾਨ ਦੇ ਵਿੱਚ ਸਦਕੇ ਜਾਵਾਂ ਲਾ ਬਹੁਤ ਸੋਹਣਾ ਸੈੱਟ ਮੈਦਾਨ ਦੇ ਵਿੱਚ ਮੇਰੇ ਵੀਰੋ ਲਾਲਾ ਕਬੱਡੀ ਕਲੱਬ ਦਾ ਔਰ ਅਹਿਮਦ ਕਬੂ ਇਸਾਕ ਕਬੂ ਟਰੈਕਟਰ ਵਾਲੇ ਦਾ ਪੁੱਤਰ ਵੀ ਗਰਾਊਂਡ ਦੇ ਵਿੱਚ ਔਰ ਮੈਂ ਵੇਖ ਰਿਹਾ ਇਸ ਵੇਲੇ ਬਹੁਤ ਸੋਹਣੀ ਚੈਨ ਘੁੰਮਦੀ ਹੋਈ ਇਹਨਾਂ ਬੱਬਰ ਸ਼ੇਰਾਂ ਦੀ ਔਰ ਮੇਰੇ ਵੀਰੇ ਅੱਗੇ ਇੱਕ ਰੇਡ ਆ ਰਹੀ ਇੱਕ ਜੱਫੇ ਦਾ ਵੱਖਰਾ ਨਜ਼ਾਰਾ ਜਿਹਾ ਆਊਗਾ ਵਿੱਚ ਵੜਦਾ ਏ ਉਹੀ ਮੈਦਾਨਾਂ ਦੇ ਵਿੱਚ ਵੜਦਾ ਏ ਲਓ ਆ ਗਿਆ ਜੇ ਲਾਲਾ ਤਬੀਲ ਕਬੂ ਇਸ ਵੇਲੇ ਮੇਰੇ ਵੀਰੇ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਵਿੱਚ ਨਿਕਲ ਆਇਆ ਅਹਿਮਦ ਜੱਟ ਇਸ ਵੇਲੇ ਜਨਾਬ ਫਿਜ਼ਾਨ ਕਬੂ ਅਹਿਮਦ ਜੱਟ ਔਰ ਮਾਸਟਰ ਅਸਲਮ ਦਾ ਜਨਾਬ ਆਬਦ ਜਿਹਨੂੰ ਸ਼ੇਰੇ ਪੰਜਾਬ ਵੀ ਕਹਿੰਦੇ ਆ ਤੇ ਸ਼ੌਕਤ ਸਾਬਾ ਵਾਲੇ ਦਾ ਭਰਾ ਵੀ ਕਹਿੰਦੇ ਆ ਹਾਂਜੀ ਇਹ ਵੀ ਮੈਦਾਨ ਦੇ ਵਿੱਚ ਟੀਮ ਦੇ ਨਾਲ ਸਦਕੇ ਜਾਵਾਂ ਬਹੁਤ ਸੋਹਣਾ ਸੈੱਟ ਜਿਹੜਾ ਹੈ ਮੁਦੱਸਰ ਕਬੂ ਇਹ ਵੀ ਟੀਮ ਦਾ ਇਸ ਵੇਲੇ ਹਰਸ਼ਗਾਰ ਸਾਧੂ ਕਬੂ ਕਮਰ ਕਬੂ ਔਰ ਲਾਲਾ ਰਫਾਨ ਜੱਟ ਆ ਗਿਆ ਇਮਰਾਨ ਜੱਟ ਜੀ ਸ਼ਾਨ ਜੱਟ ਦਾ ਵੀਰਾ ਇਸ ਵੇਲੇ ਜਨਾਬ ਉਹ ਵੀ ਮੈਦਾਨ ਦੇ ਵਿੱਚ ਸਦਕੇ ਜਾਵਾਂ ਲਾ ਬਹੁਤ ਸੋਹਣਾ ਸੈੱਟ ਮੈਦਾਨ ਦੇ ਵਿੱਚ ਮੇਰੇ ਵੀਰੋ ਲਾਲਾ ਕਬੱਡੀ ਕਲੱਬ ਦਾ ਔਰ ਅਹਿਮਦ ਕਬੂ ਇਸਾਕ ਕਬੂ ਟਰੈਕਟਰ ਵਾਲੇ ਦਾ ਪੁੱਤਰ ਵੀ ਗਰਾਊਂਡ ਦੇ ਵਿੱਚ ਔਰ ਮੈਂ ਵੇਖ ਰਿਹਾ ਇਸ ਵੇਲੇ ਬਹੁਤ ਸੋਹਣੀ ਚੈਨ ਘੁੰਮਦੀ ਹੋਈ ਇਹਨਾਂ ਬੱਬਰ ਸ਼ੇਰਾਂ ਦੀ ਔਰ ਮੇਰੇ ਵੀਰੇ ਅੱਗੇ ਇੱਕ ਰੇਡ ਆ ਰਹੀ ਇੱਕ ਜੱਫੇ ਦਾ ਵੱਖਰਾ ਨਜ਼ਾਰਾ ਜਿਹਾ ਆਊਗਾ ਅਸੀਂ ਕਿਸੇ ਦਾ ਰੌਲਾ ਮੰਨਣਾ ਹੀ ਆ ਬਾਅਦ ਚ ਅਸੀਂ ਪਹਿਲਾਂ ਦੱਸਦੇ ਹਾਂ ਕਿ ਇੱਕ ਇੱਕ ਮੁੰਡਾ ਜਿਹੜਾ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਮੁੰਡਾ ਇਸ ਵੇਲੇ ਅਹਿਮਦ ਜੱਟ ਇਸ ਵੇਲੇ ਹਲਕਾ ਝੁਕਿਆ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਚਾਰ ਜਾਫੀਆਂ ਦੇ ਚੈਨ ਵਿੱਚੋਂ ਇੱਕ ਮੁੰਡਾ ਨਿਕਲ ਕੇ ਮੂਹਰੇ ਹੋਇਆ ਆ ਕਹਿੰਦੇ ਨੌਜਵਾਨ ਕਿਸਾਨਾਂ ਕਬੱਡੀ
ਸਾਡੇ ਮੋਸ਼ਨ ਕਿਸਾਨਾਂ ਕਬੱਡੀ ਕਲੱਬ ਦਾ ਇਹ ਜਾਫੀ ਤਗੜੀ ਕੋਸ਼ਿਸ਼ ਕਰਦਾ, ਲੇਕਿਨ ਪੁਆਇੰਟ ਜਿਹੜਾ ਇਸ ਵੇਲੇ ਆਹਦ ਜੱਟ ਦੀ ਝੋਲੀ ਵਿੱਚ ਪੈਂਦਾ ਹੋਇਆ ਚੱਲ ਵੀ ਸੋਹਣਾ ਪਾਵੇ ਕਬੱਡੀ। ਭਾਈ ਕੌਡੂ ਇੱਕ ਮੁੰਡਾ ਮੇਰੇ ਕੋਲ ਭੇਜ ਦੇ ਆਪਣੀ ਟੀਮ ਨੂੰ, ਲਓ ਇੱਧਰ ਦੇਖੋ ਮੋਸ਼ਨ ਕਿਸਾਨਾਂ ਕਬੱਡੀ ਕਲੱਬ ਵੱਲੋਂ ਉਹ ਮੁੰਡਾ ਕਿੰਨੇ ਹਲਕਾ ਜਿਹਾ ਝੁਕਿਆ ਹੋਇਆ ਉਹ ਦੋ ਅੱਖਾਂ ਦੇ ਨਾਲ ਅੱਠ ਅੱਖਾਂ ਦਾ ਮੁਕਾਬਲਾ ਕਰਦਾ ਟੱਕਣ ਦੀ ਕੋਸ਼ਿਸ਼ ਕਰਦਾ ਹੋਇਆ। ਆਹ ਦੇਖੋ 30 ਸਕਿੰਟ ਦਾ ਸਮਾਂ ਬੀਤ ਗਿਆ, ਆਹ ਪੁਆਇੰਟ ਜਿਹੜਾ ਲਾਲਾ ਕਬੱਡੀ ਕਲੱਬ ਦੇ ਹਿੱਸੇ ਜੁੜ ਗਿਆ। ਇੱਧਰ ਬਾਬਾ ਇਹ ਕਬੱਡੀ ਆ ਗਿਆ ਜਨਾਬ ਉਸਤਾਦ ਗਾਮੀ, ਤੇ ਇੱਕ ਵਾਰੀ ਪਿੰਡ ਵਾਲੇ ਤਾੜੀ ਮਾਰਦੇ ਯਾਰ ਉਸਤਾਦ ਗਾਮੀ ਦੇ ਨਾਲ ਦੀ, ਤਾੜੀ ਮਾਰੋ ਤਾੜੀ। ਵੈਲਕਮ ਖੁਸ਼ ਹਮਦੀਦ ਜੀ ਆਇਆਂ ਨੂੰ, ਲਾਲਾ ਬਰਾਦਰਾਂ ਦਾ ਜਨਾਬ ਉਸਤਾਦ ਦੇ ਮੋਹਤਰਮ 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 ਇਸ ਕਾਉਂਟੀ ਤੋਂ ਬਾਅਦ ਜਨਾਬ ਇੱਕ ਮਿੰਟ ਦੀ ਬ੍ਰੇਕ ਲੈ ਕੇ ਦੁਆ ਕੀਤੀ ਜਾਏਗੀ ਲਾਲ ਸੰਗੀਤ ਕਮੋ ਵਾਸਤੇ। ਲਓ ਕਬੱਟਰ ਕਹਿੰਦੇ ਬਹੁਤ ਸੋਹਣਾ ਮੁੰਡਾ ਸਾਹਮਣੇ ਜੋ ਰੰਗ ਦਾ ਇਸ ਵੇਲੇ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਚੱਲ ਹਾਂ ਸੋਹਣਿਆ ਅਲੀ ਲੱਗਾ ਮੁੰਡਾ ਕਹਿੰਦੇ, ਪਰ ਇਸ ਵੇਲੇ ਪੁਆਇੰਟ ਜਿਹੜਾ ਭਾਵੀ ਦੇ ਖਾਤੇ ਜੁੜ ਗਿਆ। ਮੈਂ ਥੋੜ੍ਹਾ ਯਾਰ ਜਿੰਨੇ ਵੀ ਪਲੇਅਰ ਹੁੰਦੇ ਸਾਡੇ ਤਮਾਸ਼ਾ ਯਾਰ ਇੱਕ ਵਾਰ ਸਾਰੇ ਲਾਲ ਸੰਗੀਤ ਕਮੋ ਵਾਸਤੇ ਦੁਆ ਕਰੀਏ। ਉਸ ਤੋਂ ਬਾਅਦ ਮੈਚ ਸ਼ੁਰੂ ਕਰਨਾ ਉਸਤਾਦ ਗਾਮੀ ਦਾ ਇੰਤਜ਼ਾਰ ਸੀ ਉਹ ਆ ਗਿਆ, ਤੇ ਜਨਾਬ ਉਹਨਾਂ ਦੇ ਸਟਾਫਾਂ ਦੀ ਕਿਆਦਤ ਦੇ ਵਿੱਚ ਇਨਸ਼ਾਅੱਲਾ ਦੁਆ ਹੋਏਗੀ। ਸਾਰੇ ਦੋਸਤ ਦਿਲੋਂ ਜਾਣੂ ਹੋ ਕੇ ਜਨਾਬ ਲਾਲ ਸੰਗੀਤ ਵਾਸਤੇ ਦੁਆ ਮਖਰੂਜ਼ ਕਰੋ ਕਿ ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ, ਅੱਲਾਹ ਪਾਕ ਉਹਨਾਂ ਲਈ ਕਬਰ ਆ ਗਿਆ ਸਹੂਲਤ ਨਸੀਬ ਫਰਮਾਏ, ਅੱਲਾਹ ਪਾਕ ਉਹਦੇ ਲਈ ਆਸਾਨੀਆਂ ਪੈਦਾ ਫਰਮਾਏ। ਅੱਲਾਹੁਮਮਾ ਜਿੰਨੇ ਵੀ ਸਾਡੇ ਭਰਾਵਾਂ ਨੇ ਬਜ਼ੁਰਗਾਂ ਨੇ ਲਾਲੇ ਸਗੀਰ ਵਾਸਤੇ ਦੁਆ ਕੀਤੀ ਹੈ ਆਪਣੀ ਬਾਰਗਾਹ ਦੇ ਵਿੱਚ ਕਾਬਲੇ ਕਬੂਲ ਫਰਮਾ, ਅੱਲਾਹ ਪਾਕ ਉਹਨਾਂ ਨੂੰ ਜੰਨਤ ਅਲਫਰਦੌਸ ਦੇ ਵਿੱਚ ਆਲਾ ਮਕਾਮ ਅਤਾ ਫਰਮਾ। ਅੱਜ ਇਹ ਮੈਦਾਨ ਅਗਰ ਸਜਿਆ ਹੋਇਆ ਤਾਂ ਲਾਲੇ ਸਗੀਰ ਦੀ ਯਾਦ ਦੇ ਵਿੱਚ ਸਜਿਆ ਹੋਇਆ। ਚੱਲ ਵੀ ਸੋਹਣਿਆ ਪਾਵੇ ਕਬੱਡੀ ਨੌਜਵਾਨਾਂ, ਆਹ ਦੇਖੋ ਮੁੰਡਾ ਕਹਿੰਦੇ ਇਸ ਵੇਲੇ ਡਬਲ ਟੱਚ ਹੋ ਗਿਆ ਔਰ ਪੁਆਇੰਟ ਜਿਹੜਾ ਟੈਕਨੀਕਲ ਇਸ ਵੇਲੇ ਜੁੜਿਆ ਨੌਜਵਾਨ ਰੇਡਰ ਦੇ ਖਾਤੇ। ਚੱਲ ਹਾਂ ਸ਼ੇਰਾ ਪਾਵੇ ਕਬੱਡੀ। ਚੱਲ ਪਿਆ ਹਰ ਜੱਟ ਪਾਸ ਹੋਣਿਆ ਕਬੱਡੀ ਕਬੱਡੀ, ਲੋਕ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੁੰਡਾ ਘੇਰਾ ਕਾ ਹੌਸਲਾ ਜਵਾਨਾ, ਅਸਦ ਕਹਿੰਦੇ 2 ਨੰਬਰ ਤੋਂ ਲਗਾ, ਆਹ ਹਰ ਜੱਟ ਨੇ ਵੀ ਕਹਿੰਦੇ ਪੂਰੀਆਂ ਮਿਹਨਤਾਂ ਕੀਤੀਆਂ ਹੋਈਆਂ, ਆਹ ਦੇਖੋ ਅਸਦ ਆਹ ਮੁੰਡਾ ਕਹਿੰਦੇ ਪੂਰੀ ਲੱਗ ਕਰਦਾ, ਪਰ ਪੁਆਇੰਟ ਜਿਹੜਾ ਹਰ ਜੱਟ ਇਸ ਵੇਲੇ ਲੈ ਗਿਆ ਆਪਣੇ ਟੀਮ ਦੇ ਖਾਤੇ। ਚੌਰੀ ਸਨੌਲਾ ਇਸ ਵੇਲੇ ਜੱਟ ਦਾ ਪੁੱਤਰ, ਆਹ ਮੁੰਡਾ ਕਹਿੰਦੇ ਪੁਆਇੰਟ ਇੱਕ ਹੋਰ ਆਪਣੀ ਟੀਮ ਦੇ ਖਾਤੇ ਜੁੜ ਚੁੱਕਿਆ। ਚੱਲ ਵੀ ਨੌਜਵਾਨਾਂ ਪਾਦੇ ਕਬੱਡੀ, ਲੋਕ ਕਹਿੰਦੇ
ਮਿਸ਼ਨ ਕਿਸਾਨਾਂ ਕਬੱਡੀ ਕਲੱਬ ਵੱਲੋਂ ਇਸ ਵੇਲੇ ਮੁੰਡਾ ਹਲਕਾ ਜਿਹਾ ਝੁਕਿਆ ਹੋਇਆ, ਵੇਖਾਂਗੇ ਕਿਹੜੇ ਜਾਥੇ ਦੀ ਹਿੱਕ ਵਿੱਚ ਹੱਥ ਮਾਰਦਾ, ਉਹ ਕਿਹੜੇ ਨੂੰ ਨੌਜਵਾਨ ਲੱਗਦਾ। ਅਹਿਮਦ ਕੰਬੋ ਅਸਾਦ ਕੰਬੋ ਟਰੈਕਟਰ ਵਾਲੇ ਦਾ ਪੁੱਤਰ, ਆਹ ਦੇਖੋ ਮੇਰੇ ਵੀਰੋ ਕਹਿੰਦੇ ਕੈਂਚੀ ਪਾਲੀ ਬਿਠਾ ਲਿਆ ਕੋਲ, ਉਹ ਮਾਰ ਦਿਓ ਤਾੜੇ ਪੰਜਾਬੀਓ, ਉਹ ਤਾੜੇ ਮਾਰ ਦਿਓ। ਮੁੰਡਾ ਕਹਿੰਦੇ ਬਹੁਤ ਤਗੜਾ ਜੱਫਾ ਲਾ ਗਿਆ ਅਹਿਮਦ ਕੰਬੋ ਇਸ ਵੇਲੇ, ਬਹੁਤ ਬਹੁਤ ਵੀਰੋ ਸੋਹਣੇ ਅੰਕੜੇ ਦਾ ਵਾਧਾ ਕਰਦਾ ਹੋਇਆ। ਚੱਲ ਪਈ ਨੌਜਵਾਨਾਂ ਪਾਲੇ ਕਬੱਡੀ ਲਓ, ਕਹਿੰਦੇ ਲਓ ਕਹਿੰਦੇ ਮੁੰਡਾ ਕਬੱਡੀ ਪਾ ਰਿਹਾ, ਲਓ ਕਹਿੰਦੇ ਬੁੱਲੂ ਗੁਜਰ ਲੱਗ ਗਿਆ ਮੁੰਡੇ ਤੇ, ਮੁੰਡੇ ਦੀ ਕਬੱਡੀ ਆ। ਆਹ ਦੇਖੋ ਤੇਰੀ ਤਗੜੇ, ਉਹ ਜਾਫੀ ਵੀ ਸੋਹਣਾ, ਉਹ ਰੇਡਰ ਵੀ ਸੋਹਣਾ, ਬਾਬਾ ਵੇ ਕਲਾਮ ਵਾਲੋ ਛੋਟੀ ਅੱਡੀ ਲਾ ਦੇ ਜ਼ੋਰ, ਪੁਆਇੰਟ ਜਿਹੜਾ ਜਾਫੀ ਲਾ ਗਿਆ ਭਾਈ ਆਸਰ ਬੁੱਲੂ, ਤਾੜੀਆਂ ਮਾਰਿਆ ਕਰੋ ਯਾਰ, ਮੁੰਡਾ ਬਹੁਤ ਸੋਹਣਾ ਲੱਗ ਕੀਤੀ ਮੁੰਡੇ ਨੇ। ਹਾਂਜੀ ਲਓ ਇਸ ਵੇਲੇ ਕਬੱਡੀ ਪਾਉਣ ਵਾਸਤੇ ਗਿਆ ਹੋਇਆ ਮੁੰਡਾ, ਅਗਰ ਫਜ਼ਾਨ ਕਬੋ ਜਿੰਨੇ ਜੱਫੇ ਲਾ ਜੇ ਉਹਦੇ ਭਰਾ ਵੱਲੋਂ ਨਹੀਂ 100 ਦੇ ਨੋਟ ਹੋਣੇ ਆ। ਲਓ ਕਹਿੰਦੇ ਇੱਧਰ ਉਹ ਚੱਪਾ ਚੱਪਾ ਚਰਖਾ ਘੁੰਮਦਾ ਹੋਇਆ, ਆਹ ਮੇਰੇ ਵੀਰੋ ਦੇਖ ਲਓ ਧੂੜ ਉੱਡਦੀ ਆ, ਆਹ ਦੇਖੋ ਪੂਰਾ ਨਜ਼ਾਰਾ ਵਜਿਆ ਹੋਇਆ, ਧੁੱਪੋ ਧੂੜ ਤੱਕੇ ਉੱਤੋਂ ਪੈਣੀ ਗਰਮੀ, ਉਹ ਲੱਭਾਂਗੇ ਕਿਤੇ ਬਿਹੜੇ ਨੂੰ ਥਾਂ ਟਿਕਾਣੇ ਦਾ। ਆਹ ਦੇਖੋ ਫਿਰ ਹੱਡੀ ਦੇਖਣ ਵਾਸਤੇ ਉਹ ਥਾਂ ਵੀ ਟਿਕਾਣੇ ਦਾ ਲੱਭਣਾ ਪੈਂਦਾ। ਲਾਗਲੀ ਕਬੱਡੀ ਕਹਿੰਦੇ ਇਸ ਵੇਲੇ ਆਹ ਜੱਟ ਦੀ ਆ, ਆਹ ਨੌਜਵਾਨ ਕਹਿੰਦੇ ਹਣੀ ਲੱਗ ਗਿਆ ਮੋਰੋ, ਆਹ ਦੇਖੋ ਬਾਬੇ ਸਰਦਾਰ ਜੱਟ ਦਾ ਪੋਤਰਾ ਇਸ ਵੇਲੇ ਲਾਲਾ ਕਬੱਡੀ ਕਲੱਬ ਦਾ ਬਬਰ ਸ਼ੇਰ, ਇਹ ਕੰਕੜੇ ਦਾ ਹੋਰ ਵਾਧਾ ਕਰ ਚੁੱਕਿਆ ਮੁੰਡਾ। ਲਓ ਕਹਿੰਦੇ ਤਲਹਾ ਰਾਣਾ ਤਲਹਾ ਅਗਲੀ ਕਬੱਡੀ ਪਾ ਰਿਹਾ ਮੁੰਡਾ, ਇਸ ਵੇਲੇ ਧਨ ਧਨ ਕਰਵਾਉਂਦਾ ਹੋਇਆ, ਉਹ ਬੜਾ ਵੱਖਰਾ ਜਿਹਾ ਸਟਾਈਲ ਆ, ਉਹ ਵੱਖਰਾ ਜਿਹਾ ਮੇਰੇ ਵੀਰੋ ਅੰਦਾਜ਼ ਆ ਮੁੰਡੇ ਦਾ, ਦੇਖਾਂਗੇ ਕਿਹਨੂੰ ਲੱਗਦਾ ਉਹ ਡਬਲ ਟੱਚ ਦਾ ਇਸ਼ਾਰਾ ਇਸ ਵੇਲੇ ਉਸਤਾਦ ਗਾਮੀ ਦੱਸੇਗਾ। ਬਹੁਤ ਆ ਪੁਆਇੰਟ ਜਿਹੜਾ ਇਸ ਵੇਲੇ ਰੇਟਰ ਦੇ ਖਾਤੇ ਜੁੜ ਗਿਆ। ਚੱਲ ਵੀ ਮੁਕਸਰ ਕੰਬੋ ਹਰਿਆਣ ਕੰਬੋ ਦਾ ਟਲਾਏ ਦਾ ਪੁੱਤਰ, ਆ ਮੇਰੇ ਵੀਰੋ ਟਲਾ ਦੇ ਖਾਨਦਾਨ ਦੇ ਵਿੱਚੋਂ ਵੀ ਮੁੰਡਾ, ਆਹ ਦੇਖੋ ਬੜੀ ਸੋਹਣੀ ਕਬੱਡੀ ਖੇਡਦਾ, ਆਹ ਦੇਖਾਂਗੇ ਜਿਹਨੂੰ ਰੱਬ ਸੋਹਣਾ ਕਰੇ, ਨਹੀਂ ਰੀਸਾਂ ਤੇਰੀਆਂ, ਆਹ ਜਾਫੀ ਵੀ ਲੱਗਾ ਹੋਇਆ, ਆਹ ਬੁੱਲੂ ਕਹਿੰਦੇ ਬੁੱਲੂ ਬੁੱਲੂ ਬੁੱਲੂ, ਆਹ ਨਹੀਂ ਰੀਸਾਂ ਬੁੱਲੂ ਤੇਰੀਆਂ, ਹਾਏ ਹਾਏ ਹਾਏ, ਆਹ ਘੁੱਟ ਘੁੱਟ ਪਾਲਾ ਜੱਫੀਆਂ ਮਿੱਤਰਾ, ਦਿਨ ਛੁੱਟੀ ਦੇ ਰਹਿ ਗਏ ਨੇ ਥੋੜੇ, ਘੁੱਟ ਘੁੱਟ ਪਾਲਾ ਜੱਫੀਆਂ, ਦਿਨ ਛੁੱਟੀ ਦੇ ਮਿੱਤਰਾ ਰਹਿ ਗਏ ਥੋੜੇ। ਲਓ ਅਗਲੀ ਕਬੱਡੀ ਦੇ ਉੱਤੇ ਫਾਹਦ ਕਹਿੰਦੇ ਜ਼ਖਮੀ ਸ਼ੇਰ ਆ, ਉਹ ਮੁੰਡਿਆਂ ਦੇ ਪੱਟੀ ਕੀਤੀ ਹੋਈ ਆ, ਉਹ ਪਰ ਕਹਿੰਦੇ ਜ਼ਖਮੀ ਸ਼ੇਰ ਆ, ਉਹ ਅੰਦਰੋਂ ਪੂਰਾ ਦਲੇਰ ਆ, ਉਹ ਦੇਖੋ ਕਹਿੰਦੇ ਹਾਏ ਹਾਏ, ਉਹ ਯਾਸੀਨ ਜੱਟ ਦਾ ਪੁੱਤਰ ਲਗਾਏ, ਮੈਂ ਅੱਗੇ ਵੀ ਦੱਸ ਦਾਂਗਾ ਪੁੱਤਰਾ, ਤੇਰੇ ਪਿਓ ਨੇ ਲੋਕਾਂ ਦੇ ਸਿਰਾਂ ਨੂੰ ਕੈਂਚੀਆਂ ਮਾਰੀਆਂ ਤੇ ਤੂੰ ਵੀ ਅੱਜ ਵੱਡਾ ਕਾਰਨਾਮਾ ਪੇਸ਼ ਕਰਨਾ। ਲਓ ਆਹ ਦੇਖੋ ਪੁਆਇੰਟ ਜਿਹੜਾ ਇਹ ਨੌਜਵਾਨ ਛਾਣ ਜੱਟ ਨੇ ਜੋੜਿਆ ਆਪਣੀ ਟੀਮ ਵਾਸਤੇ। ਚੱਲ ਹਾਂ ਸੋਹਣਿਆ, ਆਹ ਜੱਟ ਕਹਿੰਦੇ ਪਾਉਂਦਾ ਹੋਇਆ ਕਬੱਡੀ, ਲਓ ਚਾਰੇ ਜਾਫੀਆਂ ਵੀ ਕਹਿੰਦੇ ਚੈਨ ਘੁੰਮਦੀ ਹੋਈ, ਆਹ ਦੇਖੋ ਹਲਕਾ ਜਿਹਾ ਟੱਚ ਲਾ ਕੇ ਆਉਂਦਾ ਹੋਇਆ, ਕਿ ਮੁੜਕੋ ਮੁੜਕੀ ਹੋ ਗਿਆ ਜ਼ੋਰ ਚੁੱਭਰਾਂ ਦਾ, ਉਹ ਕੰਡਾ ਵੀ ਨਹੀਂ ਚੁੱਭਦਾ ਜਿਸਮ ਖਟਕੋਰ ਚੁੱਭਰਾਂ ਦਾ, ਚੜ੍ਹਦੀ ਉਮਰ ਦਾ ਗਰਮ ਖੋਲ ਲਲਕਾਰੇ ਤਾਂ ਅੱਜ ਵੀ ਰਾਜੇ ਖਿਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ, ਉਹ
ਉਹ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ। ਖਜ਼ਾਨ ਕਬੂਲ ਨਾਲ ਟੱਕਰ ਹੋਈ, ਲੇਕਿਨ ਪੁਆਇੰਟ ਜਿਹੜਾ ਸੋਲੇ ਜੁੜਨਾ ਹੋਇਆ ਮੋਸਨ ਕਿਸਾਨਾ ਕਬੱਡੀ ਕਲੱਬ ਦੇ ਖਾਤੇ। ਚੱਲ ਪਏ ਮੁੰਡਿਆਂ ਪਾਵੇ ਕਬੱਡੀ, ਔਰ ਨੌਜਵਾਨ ਦਾ ਬੜਾ ਮੁਸ਼ਕੀ ਗਿਆ ਰੰਗ, ਪੂਰੇ ਚਾਰ ਜਾਫੇ ਬਿਲਕੁਲ ਲਟੈਣਾ ਵਰਗੇ ਖੜੇ ਆ, ਔਰ ਕੰਨੀ ਵਾਲੇ ਨਾਲ ਟੱਕਰ ਹੋ ਗਈ ਨੌਜਵਾਨ ਦਾ ਸੋਲੇ। ਆਹ ਗੱਲੋ ਲਗਾ ਬੋਲਿਓ ਖੇਡ ਮੈਦਾਨ ਵਿੱਚ ਬੋਲਦਾ ਹੋਇਆ ਧਾਵਾ। ਆਹ ਦੇਖੋ ਇਸ ਵੇਲੇ ਮੋਰ ਵਾਂਗੂ ਕਲੋਲਾ ਕਰਦੀ ਜਵਾਨੀ ਆ, ਆਹ ਲੱਗ ਗਿਆ ਇੱਕ ਅਮਰ ਕੰਬੋ ਪੁੱਤਰਾ ਜ਼ਰਾ ਨੇੜੇ ਨੇੜੇ ਹੋ, ਇੱਕ ਪਾਸੇ ਰਾਣਾ ਦੂਜਾ ਪਾਸੇ ਕੰਬੋ ਕਬੱਡੀ ਕਲੱਬ ਦਾ ਬੱਬਰ ਸ਼ੇਰ ਲੱਗ ਜੂ ਪਤਾ ਅੱਜ ਖਾਧੀਆਂ ਖੁਰਾਕਾਂ ਦੇ ਮਾਰੇ ਹੋਏ ਡੰਗ ਬੈਠਕਾਂ ਦਾ। ਆਹ ਦੇਖੋ ਮੁੰਡਾ ਇਸ ਵੇਲੇ ਪੁਆਇੰਟ ਲਾਲਾ ਕਬੱਡੀ ਕਲੱਬ ਵਾਸਤੇ ਜੋੜ ਗਿਆ। ਚੱਲ ਵੀ ਸੁਣਿਆ ਪਾਵੇ ਕਬੱਡੀ, ਕਬੱਡੀ ਪਈ ਹੋਈ ਆ, ਉੱਚਾ ਲੰਮਾ ਕੱਦ ਕਾਠ ਆ ਕਿ ਖਾਧੀਆਂ ਖੁਰਾਕਾਂ ਤਾਂ ਚਿਹਰੇ ਅਤੇ ਆਈਆਂ ਹੋਈਆਂ ਲਾਲੀਆਂ, ਉਹ ਗੱਜ ਚੌੜੀਆਂ ਦੇ ਛਾਤੀਆਂ ਤੇ ਉੱਚੇ ਲੰਮੇ ਕੱਦ ਜਿਵੇਂ ਹੋਰ ਟਾਲੀਆਂ। ਲੋਕੋ ਕਹਿੰਦਾ ਬਹਿਦ ਕਹਿੰਦਾ ਯਾਰੋ ਗੱਭਰੂਆਂ ਬਣਾਏ ਪੱਟ ਭੱਜ ਭੱਜ ਕੇ, ਸੂਰਮਿਆਂ ਦੀਆਂ ਟੱਕਰਾਂ ਨੂੰ ਦੇਖਣਾ ਤੇ ਭੱਜੋ ਕੰਮ ਛੱਡ ਕੇ। ਖਜ਼ਾਨ ਆਪਣੇ ਭਾਈ ਵੱਲੋਂ ਆ ਗਏ 100 ਰੁਪਈਆ ਲੈ ਜਾ ਭਾਈ ਆਪਣਾ, ਖਜ਼ਾਨ ਜਿਹਨੇ ਜਫਾ ਲਾਇਆ। ਲਓ ਇੱਧਰ ਕਹਿੰਦੇ ਉਹ ਗੁੱਲੂ, ਉਹ ਗੁੱਲੂ, ਉਹ ਗੁੱਲੂ ਦੇ ਅੱਗੇ ਨੌਜਵਾਨ ਕਹਿੰਦੇ ਬੱਕਰਾ ਹੀ ਬਲਡੋਜ਼ਰ ਬਣਿਆ ਹੋਇਆ ਮੁੰਡਾ ਅਗਲੀ ਕਬੱਡੀ ਪਾਉਣ ਵਾਸਤੇ ਰਾਣਾ ਤਲਹਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਅੱਗੇ ਨੂੰ, ਯਾਰ ਕਦੇ ਅਹਿਮਦ ਕੰਬੋ ਲੱਗਦਾ, ਉਹ ਕਦੇ ਸ਼ਾਨ ਚੱਟ ਖਾਈਆਂ ਕਰਦਾ, ਅਫਜ਼ਾਨ ਕੰਬੋ ਸਾਹਿਬ।
ਕਪੂਰ ਸਾਹਿਬ ਔਰ ਜਨਾਬ ਸ੍ਰੀ ਲਾਲਾ ਤਰਵੀਰ ਕਪੂਰ ਸਾਹਿਬ ਦੇ ਅਜ਼ੀਜ਼ ਬ੍ਰਦਰ ਲਾਲ ਜਨਾਬ ਚਰੀ ਨਸੀਰ ਤਬੂ ਕਾਰਪੋਰੇਸ਼ਨ ਫੈਸਲਾਬਾਦ ਵਾਲੇ ਇਨਸ਼ਾਅੱਲਾ ਦੇ ਨਾਲ ਨਾਲ ਮੀਆਂ ਸਮਾਨ ਸਾਹਿਬ ਹਾਲ ਵਕੀਲ ਦੁਬਈ ਰੈਸੀ ਆਜ਼ਮ ਬਤਾਲੀ ਚੱਕ ਲੋਕੋਗੀ ਮੈਂ ਇਹਨਾਂ ਦਾ ਕਹਿ ਗੜਵਾ ਸ਼ੁਕਰੀਆ ਅਦਾ ਕਰਦਾ ਔਰ ਪੰਜਾਬ ਸਮੇਤ ਪੰਜਾਬ ਪੁਲਿਸ ਦਾ ਉੱਚਾ ਸੁੱਚਾ ਨਾਮ ਜਨਾਬ ਸਰਾਰ ਕਪੂਰ ਸਾਹਿਬ ਚਾਰੇ ਸ਼ਫੀਕ ਕਪੂਰ ਔਰ ਬਾਈ ਮੁਰਤਜ਼ਾ ਕਪੂਰ ਰਹਿਤੇ ਕਾਰ ਵਾਲੇ ਮੁਜ਼ੰਮਲ ਸਾਡਾ ਵੀਰ ਅਕਾੜੇ ਤੋਂ ਇਹ ਵੀ ਜਨਾਬ ਨੇ ਦੁਬਈ ਵਿੱਚ ਰਹਿੰਦੇ ਆ ਪਰ ਮੁਹੱਬਤਾਂ ਪੂਰੀਆਂ ਇਸ ਕਬੱਡੀ ਦੇ ਨਾਲ ਇਹਨਾਂ ਦੀਆਂ ਔਰ ਚੌਰੀ ਅਮੈਰ ਕੰਬੋ ਸਾਹਿਬ ਫੈਸਲਾਬਾਦ ਵਾਲੇ ਮੈਂ ਇਹਨਾਂ ਦਾ ਵੀ ਗਹਿ ਗੜਵਾ ਸ਼ੁਕਰੀਆ ਅਦਾ ਕਰਦਾ ਔਰ ਸਾਡੇ ਜਗਦਿਆਂ ਤੋਂ ਜਨਾਬ ਚੌਰੀ ਮੁਜ਼ੰਮਲ ਕੰਬੋ ਸਾਹਿਬ ਦੁਬਈ ਵਾਲੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਉੱਧਰ ਕਹਿੰਦੇ ਇੱਕ ਵਾਰੀ ਫਿਰ ਮੁੰਡੇ ਨੇ ਸਾਂਢੂਆਂ ਵਾਲੀ ਜੱਫੀ ਪਾਈ ਆ ਔਰ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਜੋੜਿਆ ਰਮਜ਼ਾਨ ਮਹਿਰ ਦਾ ਪੁੱਤਰ ਲੱਗਾ ਇਸ ਵੇਲੇ ਫੈਸਲ ਮਹਿਰ ਬਹੁਤ ਤਕੜਾ ਜੱਫਾ ਆਪਣੀ ਟੀਮ ਵਾਸਤੇ ਜੋੜ ਚੁੱਕਿਆ ਮੁੰਡਾ ਚੱਲ ਵੀ ਸੋਹਣਿਆ ਲਓ ਆਹ ਦੇਖੋ ਓਏ ਆਹ ਦੇਖੋ ਮੁੰਡਾ ਕਹਿੰਦੇ ਢਾਲਿਆ ਆਹ ਦੇਖੋ ਢਾਲਿਆ ਜਿਵੇਂ ਕਹਿੰਦੇ ਬਹੁਤ ਰੁੱਖ ਬਹੁਤ ਰੁੱਖ ਨੇ ਢਾਲਿਆ ਖੁਰੀਆਂ ਲਾਉਣ ਵਾਸਤੇ ਏਦਾਂ ਢਾਲਿਆ ਮੁੰਡੇ ਨੇ ਕਹਿੰਦੇ ਸਦਕੇ ਜਾਵਾਂ ਬਹੁਤ ਸੋਹਣਾ ਜੱਫਾ ਇਸ ਵੇਲੇ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਦੇਖਾਂਗੇ ਇਹ ਫਾਹਾ ਦੇ ਖੇਡ ਮੈਦਾਨ ਦੇ ਵਿੱਚ ਹਲਕੇ ਹਲਕੇ ਕਦਮਾਂ ਦੇ ਨਾਲ ਅੱਗੇ ਨੂੰ ਵਾਧਾ ਹੋਇਆ ਮੂਹਰੇ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਕਿ ਚੌਵਾਂ ਜਾਣਿਆਂ ਨੂੰ ਖੜ ਕੇ ਚੈਨ ਬਣਾਉਣੀ ਪੈਂਦੀ ਆ ਉਹ ਕਦੀ ਫੜ ਗੁੱਟ ਮਿੱਤਰਾ ਕੈਂਚੀ ਲਾਉਣੀ ਪੈਂਦੀ ਆ ਕਦੀ ਮਾਰ ਕੇ ਪੁੱਠੀ ਬਲਪ 55 ਪਾਉਣਾ ਪੈਂਦਾ ਏ ਕਬੱਡੀ ਖੇਡ ਨਹੀਂ ਕੋਈ ਮੰਤਰ ਜ਼ੋਰ ਲਗਾਉਣਾ ਪੈਂਦਾ ਏ ਜ਼ੋਰ ਲਗਾਉਣਾ ਪੈਂਦਾ ਏ ਚੱਲ ਵੀ ਆਮਰ ਕੰਬੋ ਫਜ਼ਾਨ ਇੱਧਰ ਆਇਆ ਆਪਣਾ ਨਾਮ ਲੈ ਜਾ ਲਾ ਚੱਲ ਆਮਰ ਕੰਬੋ ਆਸ਼ਿਕ ਪਾਗਲ ਦਾ ਪੁੱਤਰ ਇਸ ਵੇਲੇ ਮੇਰੇ ਵੀਰੋ ਹਲਕਾ ਜਿਹਾ ਟੱਚ ਕਰਕੇ ਫਾਂਡ ਆਪਣੀ ਟੀਮ ਦੇ ਖਾਤੇ ਜੁੜ ਚੁੱਕਿਆ ਪੁਆਇੰਟ ਆਪਣੀ ਟੀਮ ਦੇ ਖਾਤੇ ਜੁੜ ਚੁੱਕਿਆ ਲਓ ਅਗਲੀ ਕਬੱਡੀ ਵਿੱਚ ਹਾਂਜੀ ਲਓ ਸਾਡੇ ਜਨਾਬ ਇਸ ਵੇਲੇ ਭਾਈ ਅਬਦੁਲ ਜੱਟ ਸਾਹਿਬ ਪਾਕਿਸਤਾਨ ਆਰਮੀ ਵੀ ਪੰਜਾਬ ਯੂਨਿਟ ਇਨਸ਼ਾਅੱਲਾ ਇਸ ਵੇਲੇ ਪਹੁੰਚ ਚੁੱਕੇ ਆ ਅਹਿਮਦ ਜਨਾਬ ਸਾਡੇ ਅਹਿਮਦ ਜੱਟ ਜਿਹੜੇ ਸ਼ਾਪਿੰਗ ਮਾਲ ਸੈਂਟਰ ਆ 45 ਅੱਡੇ ਦੇ ਉੱਤੇ ਜਨਾਬ ਉਹਦੇ ਜਿਹੜੇ ਇਨਸ਼ਾਅੱਲਾ ਸਾਡੇ ਇਸ ਵੇਲੇ ਵੀਰ ਓਨਰ ਨੇ ਜਨਾਬ ਭਾਈ ਅਬਦੁਲ ਜੱਟ ਸਾਹਿਬ ਮੈਂ ਇਹਨਾਂ ਦਾ ਕਹਿ ਗੜਵਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਸਤਿ ਬਿਸਮਿਲ੍ਲਾ ਲਓ ਆ ਦੇਖੋ ਵੱਖਰਾ ਜ਼ੋਰ ਅਜ਼ਮਾਉਂਦਾ ਹੋਇਆ ਨੌਜਵਾਨ ਪੁਆਇੰਟ ਦਾ ਵਾਧਾ ਕਰ ਚੁੱਕਿਆ ਲਓ ਅਗਲੀ ਕਬੱਡੀ ਰਾਣਾ ਪਲਹਾ ਚੱਲ ਵੀ ਸ਼ੇਰਾ ਪਾ ਦੇ ਲਓ ਅੱਜ ਕਹਿੰਦੇ ਦੁਨੀਆਂ ਦਾ ਮਜਮਾ ਵੱਡਾ ਇਕੱਠ ਕਰ ਗਿਆ ਅੱਜ ਵੱਡਾ ਇਕੱਠ ਹੋ ਗਿਆ ਮੈਦਾਨ ਵਿੱਚ ਮੇਰੇ ਵੀਰੋ ਇਸ ਕਬੱਡੀ ਦਾ ਪੂਰਾ ਸਵਾਦ ਆ ਰਿਹਾ ਅੱਜ ਕਿਤੇ ਸ਼ੇਰੇ ਪੰਜਾਬ ਨੂੰ ਵੇਖਦਾ ਹੋ ਉਹ ਲਾਲਾ ਸਾਹਿਬ ਦਾ ਕਬਾਬ ਕੈਨੇਡਾ ਦੀ ਧਰਤੀ ਤੇ ਬਹਿ ਕੇ ਨਜ਼ਾਰਾ ਤੱਕਦਾ ਹੋ ਔਰ ਫੈਸਲ ਕੰਬੋ 39 ਵਾਲਾ ਮੇਰੇ ਵੀਰੋ ਲਾਲੇ ਵਾਲਾ ਸ਼ਗਿਰ ਤੇ ਉਹ ਵੀ ਕੈਨੇਡਾ ਦੀ ਧਰਤੀ ਦੇ ਆਪਣੇ ਇਸ ਗਰਾਊਂਡ ਦੀਆਂ ਯਾਦਾਂ ਨੂੰ ਵੇਖ ਕੇ ਤਰਸਦਾ ਹੋ ਅੱਜ ਜਨਾਬ ਉਹਦੇ ਸਥਾਨ ਲਾਲੇ ਤਨਵੀਰ ਕੰਬੋ ਨੇ ਰੌਣਕਾਂ ਲਾਈਆਂ ਹੋਈਆਂ ਲਓ ਆਹ ਦੇਖੋ ਪੁਆਇੰਟ ਜਿਹੜਾ ਇਸ਼ਾਰਾ ਭਾਈ ਅਖਤਰ ਦਾ ਕਿ ਜਾਫੀ ਦੇ ਖਾਤੇ ਆ ਪੁਆਇੰਟ ਜਾਫੀ ਦੇ ਖਾਤੇ ਆ ਚੱਲ ਵੀ ਸੋਹਣਿਆ ਪਾ ਦੇ ਕਬੱਡੀ ਨੌਜਵਾਨਾਂ ਫਾਹਦੇ ਇੱਕ ਵਾਰੀ ਫਿਰ ਧਾਵਾ ਬੋਲਣ ਵਾਸਤੇ ਅੱਗੇ ਨੂੰ ਵਾਧਾ ਹੋਇਆ ਇੱਕ ਕਨੀ ਦੇ ਅਹਿਮਦ ਕੰਬੋ ਦੂਜੀ ਦੇ ਅਮਰ ਕੰਬੋ ਔਰ ਨਾਲ ਖੜਾ ਇਸ ਵੇਲੇ ਆ ਲਾਗੇ ਕਹਿੰਦੇ ਅਹਿਮਦ ਕੰਬੋ ਸਾਗ ਡਾਕਟਰ ਵਾਲੇ ਦਾ ਪੁੱਤਰ ਔਰ ਬੱਲੇ ਬੱਲੇ ਪੁਆਇੰਟ ਜਿਹੜਾ ਆ ਨੌਜਵਾਨ ਫਾਹਦ ਜੋੜ ਗਿਆ ਆਪਣੀ ਟੀਮ ਦੇ ਖਾਤੇ ਚੱਲ ਵੀ ਨੌਜਵਾਨ ਅਮਰ ਕੰਬੋ ਹੋ ਹੋ ਹੋ
ਮੈਂ ਕਹਿੰਦੇ ਆਮਰ ਅਸਲੇ ਆਸ਼ਿਕ ਬਾਗਰ ਦਾ ਪੁੱਤਰ ਆਉਂਦਾ ਹੋਇਆ ਕਬੱਡੀ ਚੱਲ ਪਈ ਸੋਹਣੀਆਂ ਧਾਲ ਧੱਕੇ ਉਹ ਕਿਤੇ ਧੱਕੇ ਇਹੀ ਕਬੱਡੀ ਦਾ ਹੁਸਨ ਆ ਸ਼ਿਮਲਾ ਉੱਚਾ ਕੀਤਾ ਤੇ ਅਗਲੀਆਂ ਟੀਮਾਂ ਜਿਹੜੀਆਂ ਬਿਲਕੁਲ ਰੈਡੀ ਰਹਿ 16-23 ਦਾ ਮੁਕਾਬਲਾ ਹੋ ਰਿਹਾ 23 ਪੁਆਇੰਟ ਮੋਸ਼ਨ ਕਿਸਾਨ 16 ਪੁਆਇੰਟ ਮੋਸ਼ਨ ਕਿਸਾਨ ਕਬੱਡੀ ਕਲੱਬ ਹਰਸਿਆਣੇ ਦੇ 23 ਪੁਆਇੰਟ ਲਾਲਾ ਕਬੱਡੀ ਕਲੱਬ 45 ਲੋਕੋਗੀ ਦੇ ਇਹ ਜਨਾਬ 7 ਪੁਆਇੰਟ ਦਾ ਫਰਕ ਆ ਪਹਿਲੇ ਹਾਫ ਦੇ ਵਿੱਚ ਹੁਣ ਦੂਜੇ ਹਾਫ ਵਿੱਚ ਰੱਬ ਸੋਹਣਾ ਦੇਵੇ ਜਿਹਨੂੰ ਅਗਰ ਕਿਸੇ ਨੂੰ ਆਪਣੇ ਜਨਾਬ ਬਿਲਡਾਂ ਦੇ ਵਿੱਚ ਲਾਉਣ ਵਾਸਤੇ ਦਰਵਾਜ਼ੇ ਖਿੜਕੀਆਂ ਕਿਸੇ ਵੀ ਕਿਸਮ ਦੇ ਤੁਹਾਨੂੰ ਜਨਾਬ ਇਹੋ ਜਿਹੇ ਕੋਈ ਜ਼ਰੂਰੀਅਤ ਵਾਲੀਆਂ ਚੀਜ਼ਾਂ ਚਾਹੀਦੀਆਂ ਇਹਨਾਂ ਨੇ ਇੱਡੇ ਵਿੱਚ ਬੜੀ VIP ਦੁਕਾਨ ਬਣਾਈ ਹੈ ਇਨਸ਼ਾਅੱਲਾ ਜਿਹਦਾ ਇੱਕ ਨਾਂ ਬ੍ਰਾਂਡ ਹੈ ਜਨਾਬ ਇਨਸ਼ਾਅੱਲਾ ਦੁਕਾਨ 45 ਦੇ ਅੱਡੇ ਦੇ ਉੱਤੇ ਜਨਾਬ ਗਾਰੰਟੀ ਸ਼ੁਦਾ ਮਾਲ ਮਿਲਦਾ ਔਰ ਸ਼ਹਿਰਾਂ ਨਾਲ ਬਹੁਤ ਜ਼ਿਆਦਾ ਰਾਤ ਮਿਲਦਾ ਅਗਰ ਕਿਸੇ ਵੀ ਨਾਲ ਰਾਤ ਨਾ ਕੀਤੀ ਜਾਵੇ ਤੇ ਜਨਾਬ ਅਸੀਂ ਉਹਦਾ ਜਿਹੜਾ ਗਿਲਾ ਸੁਣਨ ਵਾਸਤੇ ਤਿਆਰ ਹੋਵਾਂਗੇ ਜਾ ਕੇ ਭਾਈ ਅਮਜਦ ਫੌਜੀ ਨਾਲ ਰਾਬਤਾ ਕਰਿਓ ਅਗਰ ਕਿਸੇ ਨੂੰ ਵੀ ਜਨਾਬ ਖਿੜਕੀਆਂ ਦਰਵਾਜ਼ੇ ਵਿੰਡੋ ਦੀ ਜ਼ਰੂਰਤ ਹੋਵੇ ਤੇ ਬੜਾ ਹੀ ਇਨਸ਼ਾਅੱਲਾ ਇੰਪੋਰਟੈਂਟ ਮਾਲ ਆ ਜਿਹੜਾ ਇਹਨਾਂ ਦੇ ਕੋਲ ਇਹ ਜਨਾਬ ਲੈ ਕੇ ਆਉਂਦੇ ਆ ਜਿਹਦਾ ਲਾਂਘਾ ਕੋਈ ਨਹੀਂ ਜਿਹਦਾ ਸ਼ਿਕਵਾ ਕੋਈ ਨਹੀਂ ਇਨਸ਼ਾਅੱਲਾ ਗਾਰੰਟੀ ਸ਼ੁਦਾ ਮਾਲ ਸ਼ਹਿਰਾਂ ਦੇ ਨਾਲੋਂ ਰਹਿਣ ਤੁਹਾਨੂੰ 45 ਅੱਡੇ ਦੇ ਉੱਤੋਂ ਮਿਲੇਗਾ ਇਹਨਾਂ ਦਾ ਨੰਬਰ ਵੀ ਦੇ ਲੈ ਸਕਦੇ ਹੋ ਹਰ ਟਾਈਮ ਕੰਬੋ ਪੈਟਰੋਲ ਪੈਟਰੋਲੀਅਮ ਅੱਡਾ 45 ਗਾਪੇ ਦੇ ਸਾਹਮਣੇ ਅਹਿਮਦ ਸ਼ਾਪਿੰਗ ਮਾਲ ਸੈਂਟਰ ਇਹਨਾਂ ਦਾ ਬਹੁਤ ਵੱਡੀ ਮਾਰਕੀਟ ਆ ਉੱਥੇ ਇਨਸ਼ਾਅੱਲਾ ਇਹਨਾਂ ਨੇ ਬਣਾਇਆ ਸਭ ਕੁਝ ਲਓ ਆਹ ਦੇਖੋ ਮੁੰਡੇ ਨੇ ਕਹਿੰਦੇ ਕਸੂਤੀ ਜੀ ਕੈਂਚੀ ਪਾਲੀ ਆ ਉਹ ਸਫ਼ਰ ਵਾਸਤੇ ਕਹਿੰਦੇ ਗੱਡੀ ਚੰਗੀ ਰੇਲ ਹੁੰਦੀ ਆ ਉਹ ਵੱਜੀ ਹੋਈ ਕੈਂਚੀ ਪੁੱਤਰਾ ਸੈਂਟਰ ਜੇਲ ਹੁੰਦੀ ਆ ਅਗਲੀਆਂ ਟੀਮਾਂ ਦੋਨੇ ਜਲਦੀ ਜਲਦੀ ਗਰਾਊਂਡ ਵਿੱਚ ਆ ਜਾਓ ਲਾਲਾ ਕਬੱਡੀ ਕਲੱਬ ਵੱਡਾ ਕਲੱਬ ਤੇ ਦੂਜੇ ਪਾਸੇ ਹਾਫੇ ਫਰਿਆਦ ਕਬੱਡੀ ਕਲੱਬ ਗੰਡਾ ਸਿੰਘ ਇਹ ਦੋਨੇ ਟੀਮਾਂ ਜਲਦੀ ਜਲਦੀ ਗਰਾਊਂਡ ਵਿੱਚ ਆ ਜਾਓ ਮਿਹਰਬਾਨੀ ਕਰਕੇ ਲੇਟ ਨਾ ਕਰਿਓ ਜੀ ਹਾਫੇ ਫਰਿਆਦ ਕਬੱਡੀ ਕਲੱਬ ਗੰਡਾ ਸਿੰਘ ਜੀ ਇੱਧਰ ਲਾਲਾ ਕਬੱਡੀ ਕਲੱਬ 45 ਚੱਕ ਲੋਕਾਂ ਕੋਈ ਲਾਲਾ ਤਨਵੀਰ ਕੰਬੋ ਦਾ ਕਲੱਬ ਲਾਲੇ ਨਵੀਰ ਕੰਬੋ ਦਾ ਕਲੱਬ ਜੀ ਇਹ ਇਨਸ਼ਾਅੱਲਾ ਕਲੱਬ ਨੂੰ ਲੈ ਕੇ ਜਲਦੀ ਜਲਦੀ ਗਰਾਊਂਡ ਵਿੱਚ ਆ ਜਾਣਾ ਸਿਰਫ 10 ਮਿੰਟ ਦਾ ਟਾਈਮ ਹੈ ਨੋ ਦੇਰ ਟਾਈਮ ਟੂ ਵੇਸਟ ਵਕਤ ਜ਼ਾਇਆ ਕਰਨ ਦੀ ਬਿਲਕੁਲ ਗੁੰਜਾਇਸ਼ ਨਹੀਂ ਲਓ ਇੱਧਰ ਹਾਏ ਹਾਏ ਅਮਰ ਅਮਰ ਪੁੱਤਰਾ 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 ਜਵਾਨੀ ਸੰਭਾਲੀ ਅਤੇ ਜ਼ੋਰ ਅਜ਼ਮਾ ਆਓ ਦੇਖੋ ਲੈ ਗਿਆ ਪੁਆਇੰਟ ਇਸ ਵੇਲੇ ਅਮਰ ਆਸ਼ਿਕ ਪਾਗਲ ਦਾ ਪੁੱਤਰ ਸਦਕੇ ਜਾਵਾਂ ਚੱਲ ਵੇ ਫਹਦ ਪਾਰੇ ਕਬੱਡੀ ਲੈ ਮੁੰਡਾ ਕਹਿੰਦੇ ਸੋਹਣੀ ਪੋਰੀ ਦਾ ਜਵਾਨ ਬਹੁਤ ਛੋਲੇ ਛੋਲੇ ਪੈਰ ਧਰਦਾ ਆਹ ਦੇਖੋ ਮੋਹਰੇ ਇਸ ਵੇਲੇ ਮੁੰਡਾ ਕਹਿੰਦੇ ਫੜਨੇ ਦੀ ਕੋਸ਼ਿਸ਼ ਕਰਦਾ ਸਫਲਤਾ ਜੋ ਇਸ ਵੇਲੇ ਇਹ ਰੈਡਰ ਦੇ ਕਦਮ ਚੁੰਮ ਚੁੱਕੇ ਆ ਚੱਲ ਹਾਂ ਸੋਹਣਿਆ ਪਾਦੇ ਕਬੱਡੀ ਨੌ
ਨੌਜਵਾਨਾਂ ਆ ਦੁਨੀਆ ਪੱਪਾਂ ਦੇ ਭਾਰ ਹੋ ਕੇ ਖੜੀ ਆ, ਉਹ ਕਿਤੇ ਉੜਦੇ ਪੰਛੀ ਹਵਾ ਵਿੱਚ ਰੁਕ ਰੁਕ ਵੇਖਦੇ ਆ, ਉਹ ਕਿਤੇ ਸੂਰਜ ਵੀ ਬੱਦਲਾਂ ਦੇ ਵਿੱਚੋਂ ਝਾਤੀ ਵਾਰ ਵਾਰ ਵੇਖਦਾ ਕਿ ਅੱਜ ਲਾਲਾ ਕਬੱਡੀ ਸਟੇਡੀਅਮ ਦੇ ਵਿੱਚ ਕਿਹੜੇ ਗੱਲਾਂ ਦੀ ਰੌਣਕ ਲੱਗੀ ਹੋਈ ਆ। ਚੱਲ ਹਾਂ ਰਾਣਾ ਤਲਹਾ, ਉਹ ਵੇਖ ਲਾ ਚਾਰੇ ਜਾਫੀ ਡੀਕਦੇ ਆ। ਹਾਂ ਸੋਹਣਿਆ ਕੋਠਾ ਟੱਪਣ ਵਾਲੀ ਗੱਲ ਕਰਤੀ ਰਾਣਾ ਤਲਹਾ, ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਵਾਸਤੇ ਨੌਜਵਾਨ ਵੇਖਾਂਗੇ ਵੇਖਾਂਗੇ ਆ ਵੇਖਾਂਗੇ, ਦੁੱਧ ਚੋ ਕੇ ਆਪ ਪੀਵਾਂਗੇ, ਦੁੱਧ ਨੂੰ ਪਾ ਛੱਡਿਆ ਪੁੱਤਰਾ ਅੱਜ ਲੱਗ ਜੂ ਪਤਾ। ਚੱਲ ਹਾਂ ਸੋਹਣਿਆ ਲਓ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਕਹਿੰਦੇ ਹਲਕੇ ਹਲਕੇ ਉਹ ਕਦਮਾਂ ਦੇ ਨਾਲ ਮੋਹਰੇ ਨੂੰ ਵਾਂਦਾ ਹੋਇਆ ਕਿ ਚਾਰੇ ਜਾਫੀ ਖੜੇ ਨੇ ਮੋਹਰੇ ਕਹਿੰਦੇ ਆਸੇ ਚੱਟ ਦਾ ਮੁੰਡਾ ਖਾਤੇ ਆ। ਜਨਾਬ ਜਿਨ੍ਹਾਂ ਨੇ ਮੁਹੱਬਤ ਸਾਂਝੀ ਕੀਤੀ ਹੈ ਚਾਚਾ ਰਿਆਜ਼ ਮਿਸਤਰੀ ਤੇ ਪਿੰਡ ਦਾ ਮੈਚ ਚਾਹੇ ਕ੍ਰਿਕਟ ਦਾ ਹੋਵੇ ਚਾਹੇ ਕਬੱਡੀ ਦਾ ਇਹ ਸਕੋਰ ਇਹੋ ਹੀ ਹੈ ਸਾਡਾ ਪੱਕਾ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਤੁਸੀਂ ਲੈ ਜਾਓਗੇ ਤੇ ਜਨਾਬ ਇੱਕ ਮਿੰਟ ਸਕਿੰਟ ਦੀ ਹੇਰਾ ਫੇਰੀ ਕਾਬਲੇ ਕਬੂਲ ਨਹੀਂ ਕਰਦਾ ਹੈ। ਲਓ ਇੱਧਰ ਇੱਧਰ ਕਹਿੰਦੇ ਫਾਹਾ ਦੀ ਕਬੱਡੀ ਪਈ ਹੋਈ ਹੈ ਨੌਜਵਾਨ ਭਾਈ ਅਮਜਦ ਫੌਜੀ ਸਾਹਿਬ ਧੰਨਵਾਦ ਤੁਹਾਡਾ ਸ਼ੁਕਰੀਆ ਜੀ। ਸਮਾਂ ਬੀਤ ਗਿਆ ਗੁੱਲੋ ਗੁਜਰਾ ਜੀ ਗੁੱਲੋ ਗੁੱਲੋ ਨਹਿਰੀ ਸਾਹ ਤੇਰੀਆਂ 28-29 ਦਾ ਮੁਕਾਬਲਾ ਹੋ ਗਿਆ ਜੀ ਭਾਈ 28-29 ਦਾ 29 ਪੁਆਇੰਟ ਲਾਲਾ ਕਬੱਡੀ ਕਲੱਬ ਤੇ 28 ਪੁਆਇੰਟ ਮੋਸ਼ਨ ਕਿਸਾਨਾਂ ਕਬੱਡੀ ਕਲੱਬ ਲੁਸਿਆਣੇ ਦੇ ਮੁਕਾਬਲਾ ਫਸ ਗਿਆ ਜੇ ਪੁੱਤਰ ਕਰ ਲਓ ਚਾਰਾ ਜਿਹੜੀ ਟੀਮ ਜਿੱਤਣਾ ਚਾਹੁੰਦੀ ਆ ਲਾ ਲਓ ਜ਼ੋਰ ਚੱਲ ਵੀ ਸੋਹਣਿਆ ਆਹਾ ਟੰਗ ਦਿੱਤਾ ਮੁੰਡੇ ਨੇ ਵੇਖੋ ਵੇਖੋ ਆਹ ਵੇਖੋ ਆਏ ਅਹਿਮਦ ਕੰਬੋ ਲੱਗਾ ਮੇਰੇ ਖਿਆਲ ਵਿੱਚ ਮੁੰਡਾ ਇਸ ਵੇਲੇ ਆਹ ਸਦਕੇ ਧੰਨ ਧੰਨ ਕਰਵਾਤੀ ਆ ਪੁਆਇੰਟ ਲੈ ਗਏ ਆਪਣੀ ਟੀਮ ਵਾਸਤੇ ਚੱਲ ਵੀ ਆਹਦ ਜੱਟ ਪਾ ਦੇ ਕਬੱਡੀ ਨੌਜਵਾਨਾਂ ਆਹਦ ਜੱਟ ਬਾਬੇ ਸਰਦਾਰ ਜੱਟ ਦਾ ਪੋਤਰਾ ਇਸ ਵੇਲੇ ਖੇਡ ਮੈਦਾਨ ਵਿੱਚ
ਪਾਉਂਦਾ ਹੋਇਆ ਕਬੱਡੀ ਦੇਖਾਂਗੇ। ਆ ਲੱਗਾ ਕਹਿੰਦੇ ਕੁੱਲੂ ਗੁੱਜਰ, ਆ ਮੁੰਡਾ ਕਹਿੰਦੇ ਬੜੇ ਤਗੜੇ ਜੱਫੇ ਲਾਉਂਦਾ, ਪਰ ਆਹਦ ਨਵੀਂ ਤਗੜੀਆਂ ਕੌਡੀਆਂ ਪਾਈਆਂ ਹੋਣ ਤੇ ਆਹ ਦੇਖੋ ਪੁਆਇੰਟ ਲਾਲਾ ਕਬੱਡੀ ਕਲੱਬ ਦੇ ਖਾਤੇ ਆ। ਯਾਰ ਕਿਸੇ ਦੋਸਤ ਨੇ ਮੋਟਰਸਾਈਕਲ ਦੀ ਚਾਬੀ ਗੁੰਮ ਹੋਈ ਹੋਵੇ ਤਾਂ ਮੇਰੇ ਕੋਲ ਲੈ ਲਵੇ, ਕਿਸੇ ਯਾਰ ਦੋਸਤ ਦੀ ਚਾਬੀ ਗੁੰਮ ਹੋਈ ਹੈ ਮੋਟਰਸਾਈਕਲ ਦੀ ਤਾਂ ਮੇਰੇ ਕੋਲ ਮੌਜੂਦ ਆ, ਮੇਰੇ ਕੋਲ ਆ ਕੇ ਲੈ ਸਕਦਾ। ਲਾ ਇੱਧਰ ਫੈਸਲ ਮੈਂ ਪੁਆਇੰਟ ਫੈਸਲੇ ਫਾਹਦ ਲੈ ਗਿਆ ਜੀ ਆਪਣੇ ਟੀਮ ਖਾਤੇ। ਚੱਲ ਵੀ ਸੋਹਣਿਆ ਪਾਵੇ ਕਬੱਡੀ ਨੌਜਵਾਨਾਂ, ਲਾ ਕਹਿੰਦੇ ਮੁੰਨੇ ਦੀ ਪਈ ਹੋਈ ਕਬੱਡੀ ਆ। ਧੰਨਵਾਦ ਹੈ ਉਹਨਾਂ ਸਾਧੂਆਂ ਦਾ, ਧੰਨਵਾਦ ਹੈ ਉਹਨਾਂ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਸਾਂਭਿਆ ਵਿਰਸਾ ਸਾਡਾ, ਉਹ ਜਵਾਨੀ ਨਸ਼ਿਆਂ ਤੋਂ ਬਚਾਉਂਦੇ। ਮੇਰਾ ਸੋਨੇ ਦੇ ਉੱਤੇ ਸੁਹਾਗਾ, ਮੇਰਾ ਸੋਨੇ ਤੇ ਸੁਹਾਗਾ। ਲਾ ਪਾਹਾਂ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਨੌਜਵਾਨ ਦੇ ਇਸ ਵੇਲੇ ਅਗਲੀਆਂ ਟੀਮਾਂ ਆ ਜਾਓ ਯਾਰ, ਮਿਹਰਬਾਨੀ ਆ। ਹਾਂਜੀ ਸਾਡੇ ਮਹਿਮਾਨ ਵੀ ਪਹੁੰਚ ਚੁੱਕੇ ਆ ਤੇ ਟੀਮਾਂ ਵੀ ਬੜਾ ਮਿਹਰਬਾਨੀ ਜਿਹੜੀਆਂ ਹੁਣ ਗਰਾਊਂਡ ਵਿੱਚ ਆ ਜਾਓ। ਆ ਗਰਾਊਂਡ ਹੋਇਆ, ਚਾਰ ਕੁਰਸੀਆਂ ਖਾਲੀ ਕਰੋ ਯਾਰ। ਆ ਸਾਡਾ ਐਮ ਐਨ ਏ ਸਾਹਿਬ ਬੈਠਾ ਨੂੰ ਬੈਠੇ ਰਹਿੰਦੇ, ਬਾਕੀ ਆ ਜਾਓ ਥੱਲੇ ਆ ਜਾਓ। ਅਫਾਨੀ ਜੱਟ ਬੈਠਾ ਨੂੰ ਬੈਠਾ ਰਹਿੰਦੇ, ਬਾਕੀ ਥੱਲੇ ਆ ਜਾਓ ਥੱਲੇ ਆ ਜਾਓ। ਸਦਕੇ ਉਹ ਬੀਤ ਗਿਆ, ਕਹਿੰਦੇ ਚੰਗੇ ਸਮੇਂ ਦੇ ਇੰਤਜ਼ਾਰ ਵਿੱਚ ਸਮਾਂ ਬੀਤ ਜਾਂਦਾ, ਨਾ ਇਹ ਰੁਕਿਆ ਨਾ ਇਹ ਰੁਕਣਾ, ਸਮਾਂ ਬਦਲ ਤਰੀਕ ਜਾਂਦਾ। ਇੱਧਰ ਸਾਡੇ ਮੁੱਖ ਮਹਿਮਾਨਾਂ ਦੀ ਵੱਡੀ ਟੀਮ ਗਰਾਊਂਡ ਦੇ ਵੱਲੋਂ ਆ ਰਹੀ ਆ। ਮੈਂ ਸ਼ੁਕਰੀਆ ਅਦਾ ਕਰਦਾ ਜਨਾਬ ਇਹਨਾਂ ਦਾ ਕਿ ਜਿਨ੍ਹਾਂ ਨੇ ਇਨਸ਼ਾਅੱਲਾ ਵਾਅਦਾ ਕੀਤਾ ਔਰ ਵਫਾ ਕਰਦਿਆਂ ਹੋਇਆ ਇਸ ਗਰਾਊਂਡ ਦੇ ਵਿੱਚ ਪਹੁੰਚੇ ਆ। ਮੈਂ ਜਨਾਬ ਇਹਨਾਂ ਦਾ ਬਹੁਤ ਕਰਮਾ ਸ਼ੁਕਰੀਆ ਅਦਾ ਕਰਦਾ। ਇਸ ਵੇਲੇ ਜਨਾਬ ਚੌਰੀ ਮੁਹਿੰਮ ਤੋਂ ਕੰਬੋ ਸਾ, ਇਸ ਵੇਲੇ ਚੌਰੀ ਮੁਹਿੰਮ ਤੋਂ ਕੰਬੋ ਤਾਂ ਸੁਰਤੀ ਵਾਪੇ ਹਾਸਾ ਹਾਲ ਕੀ ਫੈਸਲਾਬਾਦ, ਜਾਣੀ ਪਹਿਚਾਣੀ ਸ਼ਖਸੀਅਤ ਜੋ ਕਿਸੇ ਵੀ ਤਾਰਫ ਦੀ ਮਹਿਤਾਜ ਨਹੀਂ, ਆਪਣੀ ਪਹਿਚਾਣ ਆਪ ਸਿਆਸੀ ਔਰ ਸਮਾਜੀ ਰਹਿਨਮਾ ਚੌਰੀ ਮੁਹਿੰਮ ਕੰਬੋ ਸਾ, ਚੌਰੀ ਹਬੀਬ ਕੰਬੋ। ਹਾਏ 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 ਸਾਡੇ ਮਹਿਮਾਨ ਆ ਗਏ ਆ ਤੇ ਅਸੀਂ ਇਨਸ਼ਾਅੱਲਾ ਇਸ ਵੇਲੇ ਜਿਹੜਾ ਬਹੁਤ ਦਿਲਚਸਪ ਮੁਕਾਬਲਾ ਹੋ ਰਿਹਾ ਨਾ, ਇਸ ਤੋਂ ਬਾਅਦ ਫਿਰ ਗੰਡਾ ਸਿੰਘ ਔਰ ਲਾਲਾ ਕਬੱਡੀ ਕਲੱਬ ਦੇ ਦਰਮਿਆਨ ਜਿਹੜਾ ਮੈਚ ਹੋਣਾ ਉਹ ਵੀ ਪੂਰਾ ਪਟਾਕਿਆਂ ਵਾਲਾ ਮੈਚ ਆ, ਟੰਗਿਆੜੇ ਵਾਲਿਆ ਮੈਚ ਆ। ਚੱਲ ਵੀ ਮੁੰਡਿਆ ਪਾ ਦੇ ਕਬੱਡੀ ਫਾਹਾਂ ਦੇ, ਅੱਜ ਤੇਰੀ ਕਬੱਡੀ ਪੁੱਤਰਾ ਦੁਨੀਆ ਖੜ ਖੜ ਵੇਖਦੀ ਆ। ਆ ਦੇਖੋ ਹਲਕਾ ਟੱਚ ਤੇ ਮੁੰਡਾ ਕਹਿੰਦੀ ਉੱਚੀ ਲੰਮੀ ਛਾਲ ਮਾਰ ਕੇ ਦੱਸਦਾ ਕਿ ਪੁਆਇੰਟ ਮੇਰਾ। ਚੱਲ ਹਾਂ ਸੋਹਣਿਆ ਪਾ ਦੇ ਕਬੱਡੀ, ਆ ਦੇਖੋ ਚਾਰੇ ਜਾਫੇ ਝੱਪਣ ਵਾਸਤੇ ਤਿਆਰ ਨੇ, ਉਹ ਇੱਕ ਦੋ ਇੱਕ ਬਣ ਕੇ ਸੋਹਣਾ ਉਹ ਕਿਹੜਾ ਲੱਗੂ। ਆ ਗੁੱਲੂ ਗੁੱਜਰ, ਆ ਗੁੱਜਰਦੀਆਂ ਦੇ ਕਹਿੰਦੇ ਬਾਹਾਂ ਇੰਜ ਚੱਲਦੀਆਂ ਉਹ ਜਿਵੇਂ ਮਰਸਡੀ ਗੱਡੀ ਦੇ ਪੈਪਰ ਚੱਲਦੇ ਆ। ਸਦਕੇ 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 ਸਾਦ ਗਾਮੀ ਦੱਸੇਗਾ ਜੀ ਪੁਆਇੰਟ ਰੈਡਰ ਦਾ ਜੀ। ਉੱਧਰ ਸਾਡੇ ਮੁੱਖ ਮਹਿਮਾਨ ਜਨਾਬ ਇਸ ਤੋਂ ਬਾਅਦ ਚੌਰੀ ਮੁਹਿੰਮ ਕੰਬੋ ਸਾਹਿਬ, ਸਿਆਸੀ ਔਰ ਸਮਾਜੀ ਰਹਿਨਮਾ ਰਤਨ ਸੋਨਤੀ ਬਾਬੇ ਹੰਸਾ ਹਾਲ ਮੁਕੀਮ ਫੈਸਲਾਬਾਦ, ਸਿਆਸੀ ਔਰ ਸਮਾਜੀ ਰਹਿਨਮਾ ਜੌਦਰੀ ਮੁਹਿੰਮ ਕੰਬੋ ਸਾਹਿਬ, ਚੌਰੀ ਹਬੀਬ ਕੰਬੋ ਸਾਹਿਬ ਔਰ ਜਨਾਬ ਉਹਨਾਂ ਦੇ ਨਾਲ ਨਾਲ ਚੌਰੀ ਹਮਜਾ ਕੰਬੋ ਕੰਬੋ ਪੈਟਰੋਲੀਅਮ ਸਰਵਿਸ ਵਾਲੇ ਔਰ ਜਨਾਬ ਇਹਨਾਂ ਦੇ ਨਾਲ ਨਾਲ ਚੌਰੀ ਨਸੀਰ ਕੰਬੋ ਕੰਬੋ ਕਾਰਪੋਰੇਸ਼ਨ ਫੈਸਲਾਬਾਦ ਵਾਲੇ ਔਰ ਜਨਾਬ ਚੌਰੀ ਅਸਰਾਰ ਕੰਬੋ ਪੰਜਾਬ ਪੁਲਿਸ ਵਾਲੇ ਔਰ ਚੌਧਰੀ ਸ਼ਫੀਕ ਕੰਬੋ ਔਰ ਇਹਨਾਂ ਦੇ ਨਾਲ ਨਾਲ ਬਾਈ ਮੁਰਤਜ਼ਾ ਕੰਬੋ ਰੈਂਟੇ ਕਾਰ ਵਾਲੇ ਔਰ ਜਨਾਬ ਸਾਡੇ
ਚੌਰੀ ਮੁਜ਼ੰਬਲ ਕੰਬੋਜ ਸਾਹਿਬ ਹਾਲ ਮੁਕੀਮ ਗਬਾਈ ਔਰ ਚੌਰੀ ਮੁਜ਼ੰਬਲ ਕੰਬੋਜ ਸਾਹਿਬ ਫੈਸਲਾਬਾਦ ਜਨਾਬ ਕਾਣੇ ਤੋਂ ਹਾਲ ਮੁਕੀਮ ਗਬਾਈ ਇਹਨਾਂ ਦਾ ਅੱਗੇ ਕਰਵਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਡੇ ਭਾਈ ਚੌਰੀ ਸ਼ਫੀਕ ਕੰਬੋਜ ਸਾਹਿਬ ਇਹ ਵੀ ਇਨਸ਼ਾਅੱਲਾ ਇਸ ਵੇਲੇ ਇਹ ਮਹਿਮਾਨਾਂ ਦੇ ਗੁਲਦਸਤੇ ਦੇ ਵਿੱਚ ਮੌਜੂਦ ਆ ਲੋ ਛੋਟੇ ਬੱਚੇ ਬਾਹਰ ਹੋ ਜਾਓ ਪੱਧਰ ਮੈਚ ਹੋਣ ਡਿਆ ਬਾਹਰ ਹੋ ਜਾਓ ਬਾਹਰ ਹੋ ਜਾਓ ਯਾਰ ਬਾਹਰ ਹਾਂਜੀ 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 ਗੁਲਦਸਤਾ ਜਿਨ੍ਹਾਂ ਦਾ ਬਹੁਤ ਬਹੁਤ ਸ਼ਿੱਦਤ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਖਿਰਕਾਰ ਉਹ ਸਾਡੇ ਸਟੇਜ ਤੇ ਪਹੁੰਚ ਗਿਆ ਮੈਂ ਦਿਲ ਦੀਆਂ ਡੂੰਘੀਆਂ ਥਾਵਾਂ ਤੋਂ ਜਨਾਬ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਜਨਾਬ ਇਸ ਇਲਾਕੇ ਦੇ ਇਨਸ਼ਾਅੱਲਾ ਸਰ ਕਦਮਾ ਨਾ ਇਸ ਇਲਾਕੇ ਦਾ ਇੱਕ ਜਨਾਬ ਇਨਸ਼ਾਅੱਲਾ ਸਾਡੇ ਉੱਚੀ ਔਰ ਸੁੱਚੀ ਸ਼ਖਸੀਅਤ ਦੇ ਮਾਲਕ ਚੌਰੀ ਮੁਹੱਬਤ ਕੰਬੋਜ ਸਾਹਿਬ 529 ਬਾਬੇ ਹੰਸਾ ਹਾਲ ਮੁਕੀਮ ਫੈਸਲਾਬਾਦ ਸਿਆਸੀ ਔਰ ਸਮਾਜੀ ਰਹਿਨੁਮਾ ਜੋ ਕਿਸੇ ਵੀ ਤਰਫ ਦੇ ਮਹਿਤਾਜ ਨਹੀਂ ਉਹਨਾਂ ਦੇ ਬ੍ਰਦਰ ਨਾਲ ਜਨਾਬ ਚੌਰੀ ਹਬੀਬ ਕੰਬੋਜ ਸਾਹਿਬ ਔਰ ਇਹਨਾਂ ਦੇ ਨਾਲ ਨਾਲ ਚੌਰੀ ਅਸਰਾਰ ਕੰਬੋ ਪੰਜਾਬ ਪੁਲਿਸ ਵਾਲੇ ਔਰ ਜਨਾਬ ਮੈਂ ਦੇਖ ਰਿਹਾ ਚੌਰੀ ਸ਼ਫੀਕ ਕੰਬੋ ਸਾਹਿਬ ਇਸ ਵੇਲੇ ਜਨਾਬ ਇੱਕ ਲਾਲਾ ਕਬੱਡੀ ਸਟੇਡੀਅਮ ਦੇ ਨਾਲ ਬਹੁਤ ਪੁਰਾਣਾ ਤਲਕ ਬਹੁਤ ਪੁਰਾਣਾ ਰਿਸ਼ਤਾ ਚੌਰੀ ਸ਼ਫੀਕ ਕੰਬੋ ਸਾਹਿਬ ਹੋਣਾ ਦਾ ਵੀ ਔਰ ਸਾਡੇ ਭਾਈ ਮਰਦੂਲਾ ਸਾਹਿਬ ਰੈਂਟੇ ਕਾਰ ਵਾਲੇ ਔਰ ਇਹਨਾਂ ਦੇ ਨਾਲ ਨਾਲ ਚੌਰੀ ਨਸੀਰ ਕੰਬੋ ਸਾਹਿਬ ਕੰਬੋ ਕਾਰਪੋਰੇਸ਼ਨ ਫੈਸਲਾਬਾਦ ਵਾਲੇ ਔਰ ਇਹਨਾਂ ਤੋਂ ਇਲਾਵਾ ਜਨਾਬ ਇਸ ਤੋਂ ਬਾਅਦ ਚੌਰੀ ਮੁਜ਼ੰਮਲ ਕੰਬੋ ਸਾਹਿਬ ਹਾਲ ਮੁਕੀਮ ਅਕਤਾਲੀ ਕਾਪੇ ਜਿਗਦੇ ਔਰ ਜਨਾਬ ਇਹਨਾਂ ਦੇ ਨਾਲ ਨਾਲ ਸਾਡੇ ਵੀਰ ਮੁਜ਼ੰਮਲ ਕਾੜੇ ਤੋਂ ਹਾਲ ਮੁਕੀਮ ਦੁਬਈ ਔਰ ਅਮੈਰ ਕੰਬੋ ਸਾਹਿਬ ਹਾਲ ਮੁਕੀਮ ਫੈਸਲਾਬਾਦ ਔਰ ਜਨਾਬ ਸਾਡੇ ਭਾਈ ਹਮਜ਼ਾ ਕੰਬੋ ਕੰਬੋ ਪਟਾਲੀਅਨ ਸਰਵਿਸ ਵਾਲੇ ਇਸ ਵੇਲੇ ਇਨਸ਼ਾਅੱਲਾ ਸਾਰੇ ਸਾਡੇ ਮੁੱਖ ਮਹਿਮਾਨ ਇਸ ਵੇਲੇ ਸਾਡੇ ਕਬੱਡੀ ਦੀ ਰੌਣਕ ਨੂੰ ਦੁਬਾਲਾ ਕਰਨ ਵਾਸਤੇ ਪਹੁੰਚੇ ਹੋਏ ਮੈਂ ਇੰਤਹਾ ਸ਼ੁਕਰੀਆ ਅਦਾ ਕਰਦਾ ਕਿ ਲਾਲਾ ਸਗੀਰ ਮੈਮੋਰੀਅਲ ਕਬੱਡੀ ਟੂਰਨਾਮੈਂਟ ਅੱਜ ਉਹਦੀ ਰੌਣਕ ਨੂੰ ਜਨਾਬ ਇਨਸ਼ਾਅੱਲਾ ਇਹ ਇੱਜ਼ਤ ਬਖਸ਼ਿਆ ਹੋਇਆ ਸਾਡੇ ਤਮਾਮ ਮਹਿਮਾਨ ਇਸ ਵੇਲੇ ਬਾਰ ਬਾਰ ਸਾਡੇ ਸਟੇਜ ਤੇ ਪਹੁੰਚ ਚੁੱਕੇ ਆ ਜਿਹਨਾਂ ਨੇ ਆਪਣਾ ਵਾਅਦਾ ਕੀਤਾ ਔਰ ਇਸ ਵਾਅਦਿਆਂ ਨਾਲ ਵਫਾ ਕਰਦਿਆਂ ਹੋਇਆ ਇਸ ਮੈਦਾਨ ਦੇ ਵਿੱਚ ਪਹੁੰਚੇ ਜ਼ਿੰਦਾਬਾਦ ਵੈਲਡਨ ਅਹਿਮਦ ਕੰਬੋ ਅਸਾਂ ਟਰੈਕਟਰ ਵਾਲੇ ਦਾ ਪੁੱਤਰ ਲੱਗਾ ਮੂਹਰਿਓ ਪੁਆਇੰਟ ਜਾਫੀ ਦਾ ਜੀ ਪੁਆਇੰਟ ਜਾਫੀ ਦਾ ਚੱਲ ਪਈ ਬਿਜਲੀ ਲੈ ਜੀ ਆ ਬਿਜਲੀ ਸਰੀਰ ਔਰ ਮੇਰੇ ਵੀਰੋ ਉੜ ਜੂ ਕਰਦੀ ਜਵਾਨੀ ਆ ਵੇਖਾਂਗੇ ਚਵਾਂ ਦੇ ਵਿੱਚੋਂ ਕਿਹਨੂੰ ਲੱਗਦਾ ਆ ਮੁੰਡਾ ਕਹਿੰਦੇ ਹਾਂ ਨੂੰ ਹਾਂ ਹੋਇਆ ਜੇ ਮੂਹਰਿਓ ਸ਼ੇਰ ਆ ਤੇ ਅੱਗਿਓਂ ਵੀ ਪੁੱਤਰ ਪੁੱਤਰ ਕੋ ਬਦਲੇ ਨਹੀਂ ਲੈਣੇ ਕਹਿੰਦੀ ਖੇਡੋ ਤੂੰ ਤੇ ਡਾਂਗਾ ਕੱਢੀ ਫਿਰਦਾ ਹਾਂਜੀ ਪੁਆਇੰਟ ਲੈ ਗਿਆ ਜੀ
ਅਗਲੀਆਂ ਟੀਮਾਂ ਆ ਜਾਓ ਯਾਰ, ਟਾਈਮ ਬਹੁਤ ਘੱਟ ਆ, ਦੋਨੇ ਟੀਮਾਂ ਜਲਦੀ ਜਲਦੀ ਆ ਜਾਓ ਗਰਾਊਂਡ ਵਿੱਚ, ਦੋਨੇ ਟੀਮਾਂ ਫੌਰਨ ਗਰਾਊਂਡ ਵਿੱਚ ਆ ਜਾਓ, ਬੜੀ ਮਿਹਰਬਾਨੀ ਹੈ ਜੀ। ਸਾਡੇ ਪੁਰਾਣੇ ਸਾਡੇ ਇਨਸ਼ਾਅੱਲਾ ਮੁੱਖ ਮਹਿਮਾਨ ਜੋ ਕਿਸੇ ਵੀ ਤਰਫ ਦੇ ਮਹਿਤਾਜ ਨੇ, ਮੈਂ ਇਨਸ਼ਾਅੱਲਾ ਇਸ ਵੇਲੇ ਟੀਮ ਆ ਗਈ ਜੋ ਉਸ ਤੋਂ ਬਾਅਦ ਇਨਸ਼ਾਅੱਲਾ ਆਪਣੇ ਪੁਰਾਣੇ ਦੇ ਤਰਫ ਕਰਾਉਂਦੇ ਆ। ਲਾਲਾ ਸਗੀਰ ਕਬੱਡੀ ਕਲੱਬ ਬਤਾਲੀ ਚੱਕ ਲੋਕੋ ਗਈ, ਸਭ ਤੋਂ ਅੱਗੇ ਲਾਲੇ ਸਗੀਰ ਕੰਬੋ ਦਾ ਜਨਾਬ ਭਤੀਜਾ ਲਾਲਾ ਉਸਮਾਨ ਕੰਬੋ, ਸਦਕੇ ਜਮਾ ਮੀਆਂ ਸ਼ਹਿਰ ਵੀ ਪੰਜਾਬ ਗਰਾਊਂਡ ਦੇ ਮੁੰਡੇ ਦੀ ਇਸ ਵੇਲੇ ਲੱਗਾ ਹੋਇਆ ਮਜਬੂਰੇ, ਲਾਲਾ ਰਫਾਨ ਜੱਟ ਲਾਲਾ ਰਮਜ਼ਾਨ ਕੰਬੋ, ਇਸ ਵੇਲੇ ਸਾਡਾ ਬਾਈ ਸ਼ਹਿਜ਼ਾਦ ਸਦਕੇ ਜਾਵਾ, ਬਹੁਤ ਸੋਹਣਾ ਸੈੱਟ ਨਿਕਲਿਆ ਹੋਇਆ ਇਸ ਵੇਲੇ ਮੈਦਾਨ ਦੇ ਵਿੱਚ, ਵੇਖਾਂਗੇ ਹੁਣ ਕਿਹਦੇ ਨਾਲ ਟੱਕਰ ਹੋ। ਅੱਗੇ ਵੀ ਕਹਿੰਦੇ ਕਲੱਬ ਜਿਹੜਾ ਬੜਾ ਲੈਵਲ ਦਾ ਬਹੁਤ ਤਕੜਾ ਕਲੱਬ ਆ ਮੁੰਡਾ, ਅੱਗੇ ਹਾਫੇ ਖਿਆਲ ਕਰਨਾ ਸਹੀ ਗੱਲ ਦਾ। ਹਾਂਜੀ ਜਨਾਬ ਦੱਸਿਓ ਜੀ। ਹਾਂਜੀ 43 ਪੁਆਇੰਟ ਲਾਲਾ ਸਗੀਰ ਕਬੱਡੀ ਕਲੱਬ, ਲੋਕੋ ਵਿਦੇ ਦੇ 38 ਪੁਆਇੰਟ ਮੋਹਸਨ ਕਿਸਾਨਾਂ ਕਬੱਡੀ ਕਲੱਬ ਦੇ ਜੀ। ਹਾਂਜੀ ਛੋਟਾ ਮੈਚ ਜਿਹੜਾ ਹੋਇਆ ਦੇ ਵਿੱਚੋਂ ਲਾਲਾ ਸਗੀਰ ਕਬੱਡੀ ਕਲੱਬ ਜਿੱਤਿਆ 43 ਪੁਆਇੰਟ ਦੇ ਨਾਲ। ਹਾਂਜੀ ਜਨਾਬ ਚਰਨ ਸੀਰ ਕੰਬੋ ਕੰਬੋਰ ਕਾਰਪੋਰੇਸ਼ਨ ਵਾਲੇ ਔਰ ਜਨਾਬ ਚਰਨ ਮੋਹਿਬ